ਪੰਜਾਬ ਵਿੱਚ ਸੱਤਾ ਪਰਿਵਰਤਨ ਹੁੰਦਿਆਂ ਹੀ ਵਿਕਾਸ ਕਾਰਜਾਂ ਦੇ ਠੱਪ ਹੋ ਜਾਣ ਤੇ ਹੁਸ਼ਿਆਰਪੁਰ ਵਿੱਚ ਨਗਰ ਨਿਗਮ ਦੇ ਅਕਾਲੀ ਭਾਜਪਾ ਪਰਿਸ਼ਦਾਂ ਵੱਲੋਂ ਸਰਕਾਰ ਖਿਲਾਫ ਜੰਮ ਕੇ ਨਾਰੀਬਾਜ਼ੀ ਕੀਤੀ ਗਈ ਅਤੇ ਲੋਕਲ ਬਾਡੀ ਮਿਨਿਸਟਰ ਨਵਜੋਤ ਸਿੰਘ ਸਿੱਧੂ ਤੇ ਆਰੋਪ ਲਗਾਇਆ ਕਿ ਸੂਬੇ ਵਿੱਚ ਕੋਈ ਵਿਕਾਸ ਕੰਮ ਨਹੀਂ ਹੋ ਰਿਹਾ ਅਤੇ ਪਿਛਲੀ ਸਰਕਾਰ ਦੁਆਰਾ ਸ਼ੁਰੂ ਕੀਤੇ ਵਿਕਾਸ ਕੰਮਾਂ ਲਈ ਵੀ ਫੰਡ ਦੇਣੇ ਬੰਦ ਕਰ ਦਿੱਤੇ ਗਏ ਨੇ ਉਹਨਾਂ ਇਹ ਵੀ ਆਰੋਪ ਲਗਾਏ ਕਿ ਹੁਸ਼ਿਆਰਪੁਰ ਵਿੱਚ ਨਗਰ ਨਿਗਮ ਕਮਿਸ਼ਨਰ ਦੀ ਤੈਨਾਤੀ ਨਾ ਕਰਕੇ ਇੱਕ ਵੱਡੀ ਸਾਜ਼ਿਸ਼ ਰਚੀ ਜਾ ਰਹੀ ਹੈ ਅੱਜ ਦਾ ਇਹ ਜੋ ਰੋਸ ਮੁਜ਼ਾਹਰਾ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੇ ਸਮੂਹ ਕੌਂਸਲਰ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਅੱਜ ਇਸ ਨਗਰ ਨਿਗਮ ਦੇ ਵਿੱਚ ਰੱਖਿਆ ਗਿਆ ਕਿਉਂਕਿ ਤੁਹਾਨੂੰ ਸਭ ਨੂੰ ਪਤਾ ਹੋਏਗਾ ਕਿ ਹੁਸ਼ਿਆਰਪੁਰ ਨਗਰ ਨਿਗਮ ਦੇ ਵਿੱਚ ਪਿਛਲੇ ਲਗਭਗ 2.5 ਮਹੀਨੇ ਤੋਂ ਜੋ ਕਮਿਸ਼ਨਰ ਦੀ ਪੋਸਟ ਹੈ ਖਾਲੀ ਪਈ ਹੈ ਔਰ ਉਸ ਦੇ ਨਾਲ ਹੀ ਜੋ ਸਹਾਇਕ ਕਮਿਸ਼ਨਰ ਲਗਾਏ ਗਏ ਨੇ ਉਹ ਵੀ ਜੁਆਇਨ ਕਰਨ ਤੋਂ ਬਾਅਦ ਚਲੇ ਗਏ ਔਰ ਨਗਰ ਨਿਗਮ ਦੇ ਵਿੱਚ ਸਾਰੇ ਜਿੰਨੇ ਵੀ ਡਿਵੈਲਪਮੈਂਟ ਦੇ ਕੰਮ ਨੇ ਉਹ ਇਸ ਤੋਂ ਇਲਾਵਾ ਜੋ ਛੋਟੇ ਮੋਟੇ ਕੰਮ ਨੇ ਜੋ ਆਮ ਰੋਜ਼ਮਰ੍ਹਾ ਦੇ ਕੰਮ ਨੇ ਉਹ ਵੀ ਰੁਕੇ ਪਏ ਨੇ ਔਰ ਬਹੁਤ ਵੱਡਾ ਜਿਹੜਾ ਰੋਸ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੇ ਕੌਂਸਲਰ ਸਾਹਿਬਾਨ ਤੋਂ ਸ਼ਹਿਰ ਵਾਸੀਆਂ ਸੀਗਾ ਅੱਜ ਦਾ ਇਹ ਰੋਸ ਮੁਜ਼ਾਹਰਾ ਅਸੀਂ ਉਸ ਗੂੰਗੀ ਬਹਿਰੀ ਸਰਕਾਰ ਦੇ ਤੱਕ ਆਵਾਜ਼ ਪਹੁੰਚਾਉਣ ਵਾਸਤੇ ਰੱਖਿਆ ਹੈ ਕਿ ਹੁਸ਼ਿਆਰਪੁਰ ਨਗਰ ਨਿਗਮ ਦੇ ਇੱਕ ਸਾਜ਼ਿਸ਼ ਦੇ ਤਹਿਤ ਕਮਿਸ਼ਨਰ ਨੂੰ ਨਾਂ ਲਗਾਉਣ ਵਾਸਤੇ ਜੋ ਸਾਜ਼ਿਸ਼ ਰਚੀ ਗਈ ਹੈ ਉਸਦਾ ਅਸੀਂ ਪਰਦਾਫਾਸ਼ ਕਰੀਏ ਔਰ ਜਲਦ ਤੋਂ ਜਲਦ ਹੁਸ਼ਿਆਰਪੁਰ 'ਚ ਕਮਿਸ਼ਨਰ ਦੀ ਤੈਨਾਤੀ ਵਾਸਤੇ ਅਜੇ ਰੋਸ ਮੁਜ਼ਾਹਰਾ ਰੱਖਿਆ ਗਿਆ ਕਿ ਕਾਰਪੋਰੇਸ਼ਨ ਦੇ ਹਾਊਸ ਦੇ ਵਿੱਚ ਸਭ ਨੇ ਅਸੀਂ ਸਰਬਸੰਮਤੀ ਦੇ ਨਾਲ ਮਤੇ ਪਾਸ ਕਰਕੇ ਜੋ ਐਸਟੀਮੇਟ ਡਿਪਾਰਟਮੈਂਟ ਵੱਲੋਂ ਬਣਾ ਕੇ ਭੇਜੇ ਗਏ ਸੀ ਉਹ ਪਾਸ ਕੀਤੇ ਸੀ ਲੇਕਿਨ ਨਿਗਮ ਦੇ ਵਿੱਚ ਪ੍ਰੋਪਰ ਕਮਿਸ਼ਨਰ ਨਾ ਹੋਣ ਕਰਕੇ ਔਰ ਐਮਈ ਬ੍ਰਾਂਚ ਕੋਈ ਅਫਸਰ ਨਾ ਹੋਣ ਕਰਕੇ ਉਸ ਦੀ ਟੈਂਡਰ ਪ੍ਰਕਿਰਿਆ ਪੂਰੀ ਨਹੀਂ ਹੋ ਸਕੀ ਇਸ ਕਰਕੇ ਨਿਗਮ ਦੇ ਵਿੱਚ ਕਿਸੇ ਕਿਸਮ ਦਾ ਵੀ ਕੋਈ ਵੀ ਸਮਾਨ ਨਹੀਂ ਹੈ ਔਰ ਕੌਂਸਲਰ ਸਾਹਿਬਾਨ ਆਪਣੀ ਜੇਬ 'ਚੋਂ ਪੈਸੇ ਖਰਚ ਕਰਕੇ ਆਪਣੇ ਵਾਰਡਾਂ ਦੇ ਵਿੱਚ ਸਟਰੀਟ ਲਾਈਟ ਦਾ ਸਮਾਨ ਹੈ ਮੁਹੱਈਆ ਕਰਵਾ ਰਹੇ ਹੁਸ਼ਿਆਰਪੁਰ ਤੋਂ ਅੰਕੁਸ਼ ਗੋਇਲ ਖਬਰ ਹਰਪਲ ਇੰਡੀਆ ਲਈ